ਨਾ ਫਿਰ ਪੁੱਛੀਏ ਇਹਨਾਂ ਨੂੰ ਕੀ ਮਸਲਾ ਇਹਨਾਂ ਦਾ। ਹਾਂਜੀ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕੀ ਭਾਂਗੜੂ ਨਾਮ ਹੈ ਤੁਹਾਡਾ? ਭਾਂਗਰੇ। ਅੱਛਾ ਭਾਂਗਰੇ, ਭਾਂਗਰੇ ਸਾਹਿਬ ਕੀ ਹੋਇਆ, ਕੀ ਰੌਲਾ ਕੀ ਹੈ ਤੁਹਾਡਾ? ਮਮਾ ਚੋਕੋ ਸਿਖਾਤਾ ਲੂਡੋ, ਕੋਈ ਚੱਕ ਕੇ ਲੈ ਗਿਆ ਲੂਡੋ। ਅੱਛਾ, ਬੱਚਿਆਂ ਨੂੰ ਸਿਖਾਉਣਾ ਤੂੰ ਲੂਡੋ ਤੇ ਕੋਈ ਚੱਕ ਕੇ ਲੈ ਗਿਆ ਲੂਡੋ। ਗਲਤੀ ਹੋ ਗਿਆ, ਗਲਤੀ ਹੋ ਗਿਆ, ਸੁਧਾਰ ਲੈ। ਮੰਬੂ ਚੋਕੋ ਸਿਖਾਤਾ ਲੂਡੋ, ਹਾਂ ਉਹ ਚੱਕ ਕੇ ਲੈ ਗਿਆ ਮੇਰੇ ਲੂਡੋ। ਸ਼ੁਕਰ ਹੈ ਹੁਣ ਕਿਤੇ ਜੂਡੋ ਨੇ ਚੱਕ ਕੇ ਲੈ ਗਏ, ਮੈਨੂੰ ਤਾਂ ਕੁਛ ਪਤਾ ਨਹੀਂ ਹੁੰਦਾ ਬੱਚਾ ਉਹ ਸਾਦਾ ਜੂਡੋ ਤੇ ਚੱਕ ਲੈ ਗਿਆ। ਤਾਂ ਛੋਟਾ ਛੋਟਾ ਬੱਚਾ ਜੇਲ੍ਹ ਵਿੱਚ ਖੜਦਾ। ਉਹ ਬੱਚਾ ਨਹੀਂ ਆ, ਪਿਓ ਤੁਹਾਡਾ, ਤੁਹਾਨੂੰ ਨਹੀਂ ਪਤਾ ਇਹ ਬੜੀ ਗਾਂ ਦੀ ਚੀਜ਼ ਆ, ਕਿੱਥੋਂ ਤੂੰ ਬੱਚਾ ਸੋਚ ਲਿਆ? ਮੇਰਾ ਤਾਂ ਆਗ ਵਾ ਸਾਰੇ, ਤੈਨੂੰ ਕੋਈ ਨੀ ਜਾਣਦਾ, ਤੂੰ ਇੱਥੇ ਟੇਪਾ ਜੀ ਦੇਖੇ ਹੋਣੇ ਆ। ਬਹੁਤ ਅੱਛੇ ਸ਼ਾਹਰੁਖ ਖਾਨ, ਰਿਆੜ ਸਾਹਿਬ ਤੂੰ ਕੀ ਅੱਜ ਦੇ ਮੁੱਦੇ ਚ ਹੋਇਆ? ਰਿਆੜ ਸਾਹਿਬ ਮੇਰੇ ਮਾਮੇ ਦਾ ਨਾਂ ਜੀ। ਉਹੜਾ ਅੱਜ ਦੇ ਮੁੱਦੇ ਜਾਂਦੇ ਤੇਰੇ ਮਾਮੇ ਆ? ਨਹੀਂ ਉਹ ਨਹੀਂ ਮੇਰੇ ਮਾਮੇ, ਹਾਂ ਜਿਹੜੇ ਉਧਰ ਸਾਡੇ ਰਿਸ਼ਤੇਦਾਰੀ ਚ ਉਹ ਸਾਡੇ ਮਾਮੇ ਆ। ਤੇ ਰਿਸ਼ਤੇਦਾਰੀ ਚ ਮਾਮੇ ਹੁੰਦੇ, ਤੂੰ ਮਾਮਾ ਲੱਗਣਾ ਇਸ ਗੱਲ ਨੂੰ? ਮਿਲੋ ਜੀ, ਮੈਂ ਭੋਲਾ ਕੁਸ਼ਤੀ ਵਾਲਾ। ਲਓ ਵੀ ਇੱਧਰ ਵੇਖੋ, ਦੁੱਧ ਪੱਤੀ। ਬਹੁਤ ਅੱਛੀ, ਬਹੁਤ ਅੱਛੀ ਗੱਲ ਕੀਤੀ, ਲੈਮਨ ਟੀ ਵਰਗੀ ਗੱਲ ਕੀਤੀ ਆਪਾਂ। ਹਾਂ ਤੇ ਕੀ ਰੋਲਾ ਤੇਰਾ? ਹਾਂ ਜੀ, ਇਹ ਕੀ ਪਾਇਆ ਤੂੰ? ਇਹ ਪਰਨੀ। ਹਾਂ ਪਰਨੀ, ਵਾਹ ਜੀ ਵਾਹ, ਤੁਮਕੋ ਵੀ ਪਾ ਦੇਗੇ ਪਰਨੀ। ਤੂੰ ਕੀ ਪਰਨੀ ਪਾ ਦੇਗਾ? ਬਹੁਤ ਅੱਛੇ, ਤੇ ਇਹ ਮਤਲਬ ਇਹ ਪਰਨੀ ਪਾਈ ਆ ਜੀ, ਤੇ ਇਹਦਾ ਕੀ ਕਰਨੀ ਹੁਣ ਤੂੰ? ਇਹ ਬਸ ਪਹਿਲਵਾਨਾਂ ਦੀ ਸ਼ਾਨ ਹੈ। ਮੈਨੂੰ ਬੱਕਰੀਆਂ ਦੇ ਲੇਲੇ ਹੋਣੇ ਚਾਹੀਦੇ, ਤੂੰ ਚੇਲੇ ਕਿੱਥੇ ਪਾਲ ਬੈਠਾ? ਮਰ ਜਾਣੇ ਪੈਰ ਧੋਗੇ ਤਾਂ ਨੀ ਪੀਲੇ ਤੇਰੇ? ਆਹੋ ਇਹ ਦੱਸ ਦੇ ਕਿਤੇ, ਤਾਂ ਤੇ ਨੀ ਉਹਨਾਂ ਨੂੰ ਗੁੱਸਾ ਚੜ ਗਿਆ ਕਿਤੇ? ਕਿਉਂਕਿ ਜਿੱਦਾਂ ਤੇਰੀ ਸ਼ਕਲ ਆ, ਤੇਰੇ ਪੈਰ ਦੇਖਣ ਦਾ ਤੇ ਦਿਲ ਵੀ ਨੀ ਕਰਦਾ ਹੋਣਾ, ਉਦੋਂ ਜੇ ਧੋ ਕੇ ਪੀਲੇ ਹੋਣ ਉਹਨਾਂ ਨੇ। ਓ ਹੋ ਹੋ, ਮੈਂ ਤਾਂ ਆਪ ਹੋ ਗਿਆ 2 ਮਹੀਨੇ ਦੇਖੀ ਨੀ ਆਪਣੇ ਪੈਰ। ਆਹੋ ਤੇ ਦੇਖਣੇ ਕਿੱਥੋਂ, ਤੇਰੇ ਢਿੱਡ 'ਚ ਗਾਂ ਆ ਜਾਂਦਾ। ਹਾਂ ਇਹ ਪਹਾੜੀ ਆ ਜਾਂਦੀ ਨਾ। ਮੈਂ ਕੀ ਕਵਾਂ ਤੈਨੂੰ, ਇਹ ਕੀ ਕਵਾਂ, ਤੂੰ ਚੇਲਿਆਂ ਤੋਂ ਕੁੱਟ ਖਾ ਆ, ਕਿੰਨੇ ਚੇਲੇ ਸੀ ਤੇਰੇ? 5। ਹੈਂ 5 ਚੇਲੇ ਮੇਰੇ। ਅੱਛਾ ਤੇ ਗੱਲ ਕੀ ਹੋਈ? ਇਹ ਗੱਲ ਕੁਛ ਨਹੀਂ, ਮੈਂ ਕਿਹਾ ਤੁਹਾਨੂੰ ਧੂੜ ਚਕਾ ਦੂੰਗਾ, ਉਹਨਾਂ ਨੇ ਮੈਨੂੰ ਮਿੱਟੀ ਚਕਾਤੀ। ਚਕਾਤੀ ਚਕਾਤੀ ਕੀ ਕੀਤਾ, ਚਟਾਤੀ ਕੀ ਕੀ ਕਹਿਣਾ ਚਾਹੁੰਦਾ? 5 ਬੋਰੀਆਂ ਚਕਾ ਕੇ ਕਟਾਇਆ ਜੀ ਮੈਨੂੰ। ਇਹ ਕਿੱਦਾਂ ਦਾ ਕਟਾਣਾ ਹੋਇਆ 5 ਬੋਰੀਆਂ? ਤੈਨੂੰ ਕੀ ਮੰਡੀ ਲੈ ਗਏ ਸੀ ਉੱਥੇ ਜਾ ਕੇ? ਮੈਂ ਪਹਿਲਵਾਨ ਆ, ਮੈਨੂੰ ਪਹਿਲਵਾਨੀ ਨਾਲ ਕੁੱਟਿਆ ਉਹਨਾਂ ਨੇ, ਮੈਂ 5 ਬੋਰੀਆਂ ਅੱਧੇ ਚੱਕਣੀਆਂ। ਕਹਿੰਦੇ ਪਹਿਲਵਾਨ ਸਾਹਿਬ ਦੇਖਦੇ ਆ ਅਸੀਂ ਤੁਸੀਂ ਕਿੰਨੇ ਭਾਰ ਚੱਕ ਸਕਦੇ ਹੋ। ਮੈਂ 5 ਬੋਰੀਆਂ ਚੱਕੀਆਂ, ਬਸ ਫਿਰ ਸੋਟੀਆਂ ਨਾਲ ਪਿੱਛੋਂ ਕੁੱਟਿਆ ਮੈਨੂੰ। ਤੈਨੂੰ ਪਤਾ ਤੂੰ ਓਦਾਂ ਹੀ ਨੀ ਚੰਗਾ ਲੱਗਦਾ, ਏਦਾਂ ਕਰਕੇ ਹੋਰ ਭੈੜਾ ਲੱਗਣ ਡੇ, ਏਦਾਂ ਲੱਗਣ ਡਿਆ ਜਿੱਦਾਂ ਚਿੜੀਆਘਰ ਚ ਚਿੰਪੈਂਜੀ ਨੂੰ ਕਿਸੇ ਨੇ ਸਜ਼ਾ ਦਿੱਤੀ ਹੁੰਦੀ, ਉਹਨੇ ਸਕੂਲ ਦਾ ਕੰਮ ਨੀ ਕੀਤਾ। ਬਾਰੀ ਬਰਚ ਕਰਨ ਗਈ ਸੀ, ਬਾਰੀ ਬਰਚ ਕਰਨ ਗਈ ਸੀ, ਖੱਟ ਕੇ ਲਿਆਂਦੇ ਸਾਂ। ਇਹਦੇ ਵੀ ਮੁੱਕਣ ਵਾਲੇ ਹੀ ਆ। ਹਾਂਜੀ ਹਾਂਜੀ, ਫਿਰ ਹਾਂ ਕਾਂ ਖਾ ਗਿਆ ਹੋਣਾ ਉਹਨੂੰ, ਤੈਨੂੰ ਲੱਗਾ ਕਿ ਸ਼ਾਇਦ ਕਾਂ ਆਇਆ ਤੂੰ? ਚੁੱਪ ਰੋ, ਚੇਲੇ ਸਕੂਟ ਖਾਣ ਵਾਲਾ ਉਸ ਬਾਤ ਨਹੀਂ ਕਰਤੇ ਹਾਂ। ਲੋ ਵੀ ਤਾ ਤੈਨੂੰ ਚੈਲੰਜ ਕਰ ਗਿਆ ਪੁੱਤਰ, ਜੇ ਤੂੰ ਭਲਵਾਨ ਹੈ ਉਹਨੇ ਵੀ ਕੀ ਸਿੱਖਿਆ ਤੂੰ? ਬਲੈਕ ਬੈਲਟ ਨਹੀਂ, ਬਲੈਕ ਬੈਲਟ ਤੇ ਹੈ, ਕੀ ਸਿੱਖਿਆ? ਕੀ ਤਾਇਕਵਾਂਡੋ? ਲੈ ਉਹਨੇ ਆਪਣੀ ਤਾਈ ਕੋਲੋਂ ਕਾਂਡੋ ਸਿੱਖਿਆ। ਮੇਰਾ ਨਾਂ ਤਾਈ ਭੁੰਡੋ, ਉਹਨੇ ਤਾਂ ਨਾਂ ਤੇਰਾ ਕੁਛ ਹੋਰ ਹੀ। ਪਾਲਾ ਕਹਿੰਦਾ ਸੀ, ਉਹ ਤਾਂ ਮੇਰਾ ਪਾਲਾ, ਮੇਰੀ ਤਾਈ ਦਾ ਨਾਂ ਭੁੰਡੋ। ਭੋਲਾ ਤੋਂ ਪਾਲਾ ਹੋ ਗਿਆ ਸਰ ਉਹਨੇ। ਮੈਨੂੰ ਦੱਸ ਤੂੰ ਚੇਲਿਆਂ ਨੂੰ ਫੜੀਏ ਜਾ? ਚੇਲਿਆਂ ਨੂੰ ਫੜੋ। ਅੱਛਾ ਅਸੀਂ ਮਤਲਬ ਵਿਹਲੇ ਆ,
ਪੰਗੇ ਤੁਹਾਡੇ ਤੇ ਅਸੀਂ ਜਾ ਕੇ ਤੇਰੇ ਚੇਲਿਆਂ ਨੂੰ ਫੜ ਲਈਏ ਤੇ ਅਸੀਂ ਵਿਹਲੇ ਆ ਤੇਰੀ ਸ਼ਕਲ ਤੋਂ ਤੇ ਦੇਖ ਕੇ ਲੱਗਦਾ ਕਿ ਤੂੰ ਵਿਹਲਾ ਇੱਕ ਮਿੰਟ ਖੋਲੋ ਜਾ ਮੈਨੂੰ ਮੇਰੇ ਕਾਲਰ ਨਾਲ ਗੱਲ ਕਰਨ ਦੇ ਯਾਰ ਹੈਲੋ ਹੈਲੋ ਜਸਟੀ ਵੀ ਤੋਂ ਹਾਂਜੀ ਹਾਂਜੀ ਮਹਾਰਾਜ ਭਾਜੀ ਮੈਂ ਸੋਮਾ ਲੰਬਰ ਬੋਲਦਾ ਜੀ ਇਟਲੀ ਤੋਂ ਹਾਂਜੀ ਹਾਂਜੀ ਕੀ ਹਾਲ ਚਾਲ ਹੈ ਕੀ ਨਾਮ ਹੈ ਤੁਹਾਡਾ ਬਹੁਤ ਵਧੀਆ ਪਾਲੀ ਭਾਜੀ ਪ੍ਰੋਗਰਾਮ ਤੁਹਾਡਾ ਕਈ ਦਿਨਾਂ ਤੋਂ ਦੇਖਦੇ ਆ ਬਹੁਤ ਬਹੁਤ ਸ਼ੁਕਰੀਆ ਮਹਾਰਾਜ ਕੀ ਨਾਮ ਕੀ ਹੈ ਤੁਹਾਡਾ ਤੇ ਭਾਜੀ ਮੇਰਾ ਭਾਜੀ ਨਾਮ ਸੋਮਾ ਲੰਬੜ ਸੋਮਾ ਲੰਬੜ ਲੰਬੜ ਸਾਹਿਬ ਲੰਬੜਦਾਰ ਸਾਹਿਬ ਹਾਂਜੀ ਹਾਂਜੀ ਭਾਜੀ ਹਾਂਜੀ 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 ਤੇ ਵਧੀਆ ਲੱਗਦਾ ਪ੍ਰੋਗਰਾਮ ਬਹੁਤ ਭਾਜੀ ਵਧੀਆ ਪੁੱਛੋ ਨਾ ਸਰ ਤੇ ਮੈਂ ਫੈਮਿਲੀ ਨਾਲ ਰਹਿਣਾ ਮੇਰੀ ਸਿਸਟਰ ਹੈ ਤੇ ਇਟਲੀ ਦੇ ਵਿੱਚ ਅੱਛਾ ਜੀ ਤੇ ਭਾਜੀ ਸਾਰੇ ਬਹੁਤ ਸਾਡੀ ਫੈਮਿਲੀ ਬਹੁਤ ਪ੍ਰੋਗਰਾਮ ਤੁਹਾਡਾ ਪਸੰਦ ਕਰਦੀ ਆ ਚਲੋ ਸ਼ੁਕਰੀਆ ਜੀ ਆਪਣੀ ਫੈਮਿਲੀ ਨੂੰ ਸਾਡੇ ਵੱਲੋਂ ਸਾਰਿਆਂ ਵੱਲੋਂ ਧੰਨਵਾਦ ਕਹਿਣਾ ਜੀ ਭਾਜੀ ਜ਼ਰੂਰ ਜੀ ਭਾਜੀ ਤੇ ਕਿਹਦਾ ਮਤਲਬ ਕੀ ਵਧੀਆ ਲੱਗਦਾ ਪ੍ਰੋਗਰਾਮ 'ਚ ਸਭ ਤੋਂ ਜ਼ਿਆਦਾ ਭਾਜੀ ਤੁਸੀਂ ਜਿਉਣਾ ਹੋ ਗਿਆ ਲਵ ਯੂ ਹੋ ਗਈ ਤੁਹਾਡਾ ਜਿਹੜਾ ਹਾਸੇ ਵਾਲਾ ਪ੍ਰੋਗਰਾਮ ਇੰਨਾ ਹੀ ਰੂਹ ਖੁਸ਼ ਹੁੰਦੀ ਗੱਲਾਂ ਹੀ ਜਾਣਦੇ ਹੋ ਤਕੇਮਾ ਲੈ ਜਾਂਦਾ ਵਾ ਜੀ ਕੀ ਬਾਤ ਹੈ ਜੀ ਸ਼ੁਕਰੀਆ ਜੀ ਚਲੋ ਇਹ ਗੱਲ ਸੁਣ ਕੇ ਸਾਡਾ ਤਕੇਮਾ ਲੈ ਗਿਆ ਕਿ ਅਸੀਂ ਤੁਹਾਡੇ ਤਕੇਵੇਂ ਲਾ ਦਿੰਦੇ ਹਾਂ ਤੇ ਪ੍ਰਮਾਤਮਾ ਸਾਡੇ ਤਕੇਵੇਂ ਲਾ ਦਿੰਦਾ ਹਨਾ ਇਹ ਤੁਹਾਡਾ ਪਿਆਰ ਹੀ ਹੈ ਜੀ ਅੱਜ ਮੇਰੇ ਜਾਣ ਕੇ ਬੈਠਾ ਜੀ ਮੈਂ ਹਾਂਜੀ ਮੈਂ ਕਿਹਾ ਇਹ ਤੁਹਾਡਾ ਪਿਆਰ ਹੀ ਹੈ ਬੈਠਾ ਜੀ ਮੈਂ ਕਿਹਾ ਚਲੋ ਨਹੀਂ ਹਾਂਜੀ ਹਾਂਜੀ ਚਲੋ ਫਿਰ ਰਹਿਣ ਦਿੰਦੇ ਹਾਂਜੀ ਕੀ ਕਹਿਣ ਦੇ ਜੀ ਨਹੀਂ ਤੁਹਾਨੂੰ ਪਤਾ ਤੁਸੀਂ ਕੀ ਜਿੱਤਿਆ ਕੀ ਭਾਜੀ ਨਹੀਂ ਜੀ ਜੋ ਤੁਹਾਨੂੰ ਪਤਾ ਲੱਗੇ ਸਾਨੂੰ ਵੀ ਦੱਸਿਓ ਕੀ ਜਿੱਤਿਆ ਨਹੀਂ ਸਮਝ ਹਾਂਜੀ ਕੁਸ਼ਤੀ ਲੜਨ ਲਈ ਭੇਜੋ ਤੈਨੂੰ ਸ਼ਰਮ ਵੀ ਨਹੀਂ ਆਈ ਹੋਣੀ ਇਹ ਗੱਲ ਕਹਿੰਦੇ ਨਹੀਂ ਮੈਂ ਆਪਣੀ ਦੇਹ ਦੇਖਤੇ ਉਹਦੇ ਵੱਲੋਂ ਕਹਿੰਦਾ ਮੈਨੂੰ ਬੱਚੇ ਨਾਲ ਕੁਸ਼ਤੀ ਕਰਨ ਨੂੰ ਭੇਜੋ ਤੂੰ ਕਿਹੜੇ ਮਹੱਲੇ ਦਾ ਪ੍ਰਧਾਨ ਆ ਓਏ ਕਿਹੜੇ ਮਹੱਲੇ ਦਾ ਭਲਵਾਨ ਆ ਤੂੰ ਇਹਨੂੰ ਸਿਖਾਉਂਗਾ ਮੈਂ ਜਿੱਦਾਂ ਦੰਗਲ ਮੂਵੀ ਬਣੀ ਮੈਂ ਦੰਗਲ 2 ਬਣਾਉਂਗਾ ਵਾ 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 ਆਪਣੇ ਮੂੰਹ ਤੋਂ ਤੇ ਦੰਗਲ ਹਟਾ ਇਦਾਂ ਦੇ ਹੁੰਦੇ ਸਰ ਤੋਂ ਤੇ ਮੁੱਕਾ ਵੀ ਮਾਰ ਦਿੰਦੇ ਹੁੰਦੇ ਨੇ ਸਰ ਜੀ ਆ ਥੋੜੀ ਸਕਲੇ ਉਹ ਪੁੱਤਰ ਇਹੋ ਜਿਹੇ ਹੁੰਦੇ ਨੇ ਆਪਣੇ ਘਰ ਲੜਾਈ ਹੋ ਜਾਵੇ ਨਾ ਜਾਂ ਗੁਆਂਢੀਆਂ ਨਾਲ ਲੜਾਈ ਹੋ ਜਾਵੇ ਹਾਂਜੀ ਗਾਂ ਨਹੀਂ ਲੜਦੇ ਹਾਂਜੀ ਆਪਣੇ ਘਰ 'ਚ ਟੱਕਰਾਂ ਮਾਰ ਮੈਂ ਮਾਰ ਹੀ ਜਾਣਾ ਮੈਂ ਰਹਿਣਾ ਹੀ ਨਹੀਂ ਇੱਦਾਂ ਕਰਦੇ ਇਹੋ ਜਿਹੇ ਤੇ ਇਹਨਾਂ ਦਾ ਮੂੰਹ ਦੇਖ ਲਓ ਜੀ ਆਇਆ ਜਿਵੇਂ ਬਲਦ ਦਾ ਟੁੱਟਿਆ ਹੋਲਡਰ ਹੁੰਦਾ ਹਾਂ ਹਾਂ ਮੱਛਰ ਦੇ ਗੋਡੇਰ ਦਾ ਮੂੰਹ ਕੱਢਿਆ ਮਰ ਜਾਣਾ ਇਹ ਪੁੱਤਰ ਗੱਲ ਤੇ ਤੇਰੀ ਚੰਗੀ ਹੈ ਸਰ ਮੈਨੂੰ ਇਹ ਦੱਸ ਤੂੰ ਮੱਛਰ ਦਾ ਗੋਡਾ ਦੇਖ ਕਿੱਥੇ ਲਿਆ ਕਿੱਥੇ ਤੂੰ ਇੰਨੀ ਗੌਰ ਨਾਲ ਦੇਖ ਲਿਆ ਮੱਛਰ ਦਾ ਗੋਡਾ ਕੀ ਤੂੰ ਮੱਛਰ ਦੀਆਂ ਪਿੰਨੀਆਂ ਚਸਣੀ ਹੈ ਕੀ ਤੂੰ ਉਹਦੇ ਤੇਲ ਲਾਉਣੀ ਹੈ ਲੱਤਾਂ ਨੂੰ ਹਾਏ ਸਰ ਹੁੰਦੇ ਹੋਣੇ ਉਹਨਾਂ ਦੇ ਵੀ ਗੋਡੇ ਉਹ ਇਦਾਂ ਹੋ ਕੇ ਤਾਂ ਬੈਠੇ ਹੁੰਦੇ ਸਰ ਉਹ ਜਿਹੜੇ ਮੁੰਡੇ ਹੁੰਦੇ ਗੋਡੇ ਹੁੰਦੇ ਵਾਹ ਜੀ ਵਾਹ ਕਿੱਡਾ ਤੇਰੀ ਸਰਚ ਹੈ ਨਾ ਤੇਰੀ ਮੱਛਰਾਂ ਦੇ ਗੋਡੇ ਦੇਖਣ ਲੱਗ ਪਈਆਂ ਉਹ ਹਾਂ ਓਏ ਤੂੰ ਦੱਸ ਬਿੱਲੀ ਦੀ ਪੂੰਛ ਵਰਗਾ ਮੂੰਹ ਲੈ ਕੇ ਆ ਗਿਆ ਸੀਮੀ ਚਾਲ ਕੀ ਚਾਹਨਾ ਕੀ ਕੀ ਕਹੀਏ ਤੈਨੂੰ ਆਹੀਂ ਗਾਲਾਂ ਕਾ ਦੋ ਹੈ ਗਾਲਾਂ ਕਾ ਦੋ ਕਿੰਨੂੰ ਉਹਨਾਂ ਨੂੰ ਜਵਾਂ ਲੂਡੋ ਚੱਕ ਲੈ ਗਏ ਉਹ ਤੂੰ ਤੇਰੀ ਇੱਕ ਲੂਡੋ ਚੱਕ ਲੈ ਗਏ ਤੇ ਤੂੰ ਥਾਣੇ ਜਾ ਗਿਆ ਪ੍ਰੋ ਰਿਪੋਰਟ ਲਿਖਾਣ ਹੈ ਤੈਨੂੰ ਸ਼ਰਮ ਨਹੀਂ ਆਉਣ ਡਈ ਉਹ ਮੇਰੇ ਮੋਨੀਪੁਰ ਮੇ ਆ ਕੇ ਮੇਰੀ ਲੂਡੋ ਲੈ ਗਏ ਲਓ ਜੀ ਰਿਪੋਰਟ ਮਣੀਪੁਰ ਦੀ ਲਿਖਾਣ ਪੰਜਾਬ ਚ ਆ ਗਿਆ ਉਹ ਤੂੰ ਠੀਕ ਹੈ ਤੂੰ ਮਣੀਪੁਰ ਚ ਤੇਰੀ ਲੁੱਡੋ ਚ ਚੁੱਕ ਕੇ ਲੈ ਗਏ ਤੇ ਤੂੰ ਪੰਜਾਬ ਆ ਗਏ ਇੱਥੇ
ਪੰਜਾਬ ਕਿਉਂ ਆ ਗਏ? ਪੰਜਾਬ ਪੁਲਿਸ ਸਰਵਿਸ ਚੌਕੀ ਕਰਦੀ ਆ ਨਾ ਜੀ। ਮੈਂ ਹਾਂ ਉਹ ਤਾਂ ਤੈਨੂੰ ਜ਼ਿਆਦਾ ਪਤਾ ਹੋਣਾ ਕਿ ਸਰਵਿਸ ਮੈਂ ਚੌਕੀ ਕਰਨਾ ਤਾਂ ਕਰਕੇ ਹਰ ਵਾਰੀ ਤੇਰੇ ਕਾਰਪੋਰੇਟਰ ਚੋਂ ਗੰਦ ਕੱਢਿਆ ਮੈਂ ਸਰ। ਇਦਾਂ ਦੇ ਕੱਢਿਆ ਕਿ ਨਹੀਂ ਕੱਢਿਆ? ਤੇਰਾ ਫਿਲਟਰ ਵੀ ਚੇਂਜ ਕੀਤਾ ਕਿ ਨਹੀਂ ਕੀਤਾ? ਮਨ ਹੁਣ ਸਾਰਿਆਂ ਸਾਹਮਣੇ। ਹਾਂ ਸਰ, ਇਦਾਂ ਜਿੱਦਾਂ ਜੂਡੋ ਵਾਲੇ ਜਿਹੜੇ ਹੁੰਦੇ ਆ ਸਰ, ਇਹ ਤਾਂ ਜਦੋਂ ਰਿਸ਼ਤਾ ਦੇਖਣ ਜਾਂਦੇ ਹੋਣੇ। ਇਹ ਜੂਡੋ ਵਾਲੇ ਤੇ ਇਹਨਾਂ ਕੋਲ ਪੈਸੇ ਨਹੀਂ ਜੁੜਦੇ ਸਾਰੀ ਉਮਰ, ਬਸ ਜੂਡੋ ਜੂਡੋ ਕਰੀ ਜਾਂਦੇ। ਤੇ ਜਦੋਂ ਕੁੜੀ ਨੂੰ ਦੇਖਣ ਜਾਂਦੇ ਹੋਣੇ ਇਹ ਤਾਂ ਕਿੱਕਾਂ ਮਾਰ ਦੇਣੇ। ਹਾਂ ਵਾਰੀ ਹਾਂ ਇਹੀ ਕਹਿੰਦੇ ਇਚਨੇ ਸਾਂਚੀ ਗੋਨੇ ਸ਼ੀਸ਼ਾਨੋ ਐਦਾਂ ਕਰਦੇ ਨਹੀਂ। ਜਮ ਲੋੜ ਕੀ ਕੋ ਦੇਖਣੀ ਜਾਂਦੇ ਹੈ? ਹਾਂ ਕੋ ਪਹਿਲੇ ਪੁੱਛਤੇ ਹੈ ਕਿਤਨੀ ਲੰਬਾ, ਕਿਤਨੀ ਲੰਬਾ ਫਲਾਈਂਗ ਕਿਕ ਮਾਰ ਸਕਤੇ ਤੁਮ? ਫਿਰ ਉਹ ਫਲਾਈਂਗ ਕਿਕ ਮਾਰਤੇ ਲਾਈਕ ਦਿਸ। ਅੱਛਾ ਫਿਰ ਤੁਸੀਂ ਲੜਕੀ ਪਸੰਦ, ਆਪਕੀ ਸ਼ਾਦੀ ਹੋ ਗਈ ਹੈ? ਉਹ ਵੀ ਨਹੀਂ ਹੋਆ। ਤੇ ਕਰਾਉਣੀ ਨਹੀਂ? ਨਹੀਂ ਕਰਵਾਏਗਾ। ਉਹ ਤੇਰੀ ਹੋਣੀ ਵੀ ਨਹੀਂ ਇੱਥੇ, ਉਹ ਕਰਵਾ ਲੇਗਾ। ਉਹ ਤੁਹਾਨੂੰ ਤਾਂ ਕੁੜੀ ਪੂਰੀ ਦਿਖਣੀ ਨਹੀਂ, ਤੁਹਾਡੀਆਂ ਤਾਂ ਅੱਖਾਂ ਨਹੀਂ ਖੁੱਲਦੀਆਂ ਪੂਰੀਆਂ। ਇਸ ਲੜਕੀ ਸੇ ਬਾਤ ਬੋਲ ਸਕਤਾ? ਹਾਂ ਇਸ ਲੜਕੀ ਸੇ ਬਾਤ ਬੋਲ ਸਕਤਾ? ਬਾਤ ਨਹੀਂ ਬੋਲ ਸਕਤਾ ਉਹਦੇ ਕੋਲ, ਉਹ ਆ ਡੰਡਾ ਉਹਦੇ ਨਾਲ ਤੇਰਾ ਇੱਕ ਮੁਰਗਾ ਜ਼ਰੂਰ ਬਣ ਸਕਦਾ। ਉਹ ਜਨਾਬ ਇਹ ਤਾਂ ਨਾਰਮਣੀ ਐ ਬੋਲਿਆ ਨਹੀਂ ਜਾਂਦਾ। ਕੀ ਹੈ ਨਾਰਮਣੀ? ਦੁਬਾਰਾ ਬੋਲ। ਮੈਂ ਕਿਹਾ ਨਾਰਮਣੀ ਇਹ ਤੋਂ ਐ ਨਹੀਂ ਬੋਲਿਆ ਜਾਂਦਾ। ਉਹ ਭਰਾਵਾ ਤੇਰੇ ਕੋਲ ਤਾਂ ਨਾਰਮਣੀ ਨਹੀਂ ਬੋਲਿਆ ਜਾਂਦਾ। ਮੈਂ ਨਾਰਮਣੀ ਆਖਿਆ ਪੁੱਤਰ, ਨਾਰਮਣੀ ਨਹੀਂ ਨਾਰਮਲੀ ਹੁੰਦਾ। ਇਹਦੇ ਤੋਂ ਨਾਰਮਣੀ ਨਹੀਂ ਬੋਲਿਆ ਜਾਂਦਾ। ਜੇ ਇਹਨੇ ਕੱਦੂ ਕੁੱਦੂ ਵੇਚਣਾ ਹੋਵੇ ਇਹਦੇ ਤਾਂ ਸਾਰੇ ਕੰਮ ਹੋ ਜੇ। ਨਾਰਮਲੀ ਬੋਲ ਪਹਿਲੇ। ਨਾਰਮਣੀ? ਉਹ ਭਰਾਵਾ ਨਾਰਮਲੀ। ਸਰ ਤੁਸੀਂ ਮੈਨੂੰ ਕਨਫਿਊਜ਼ ਕਰ ਰਹੇ ਹੋ। ਪੁੱਤਰ ਤੂੰ ਆਇਆ ਹੀ ਕਨਫਿਊਜ਼ ਆ, ਥੋੜਾ ਠੀਕ ਹੁੰਦਾ ਇੱਥੇ ਆ ਕੇ। ਨਾਰਮਣੀ ਹੁੰਦਾ ਜੀ ਨਾਰਮਣੀ। ਪੁੱਤਰ ਤੇਰੇ ਮੈਂ ਚਪੇੜਾਂ ਮਾਰਤੀਆਂ ਨਾ ਤੇ ਤੇਰਾ ਨੋਮਨੀ ਵੀ ਨਹੀਂ ਕੋਈ ਪੈਣਾ ਵਿੱਚ। ਜਦੋਂ ਮੈਂ ਕਿਸ਼ਤੀ ਚਲਾਉਂਦਾ ਹੁੰਦਾ ਸੀ ਉਦੋਂ ਸਾਡੇ ਸਾਰੇ ਕਹਿੰਦੇ ਹੁੰਦੇ ਸੀ ਕਿਸ਼ਤੀ ਤਾਂ ਤੂੰ ਆਪ ਚਲਾਉਣੀ ਹੈ, ਚੱਪੂ ਵਰਗਾ ਤੇਰਾ ਮੂੰਹ ਆ। ਇਹ ਵੀ ਦੇਖ ਤੈਨੂੰ ਪਤਾ ਲੱਗਣ ਡਿਆ। ਤੁਹਾਨੂੰ ਕਿਹਨੇ ਕਿਹਾ ਮੇਰਾ ਚੱਪੂ ਵਰਗਾ ਮੂੰਹ? ਮੈਨੂੰ ਲੱਭ ਦਾ ਮਾਨਣਾ ਨਹੀਂ ਹੈਗਾ। ਮੈਨੂੰ ਕਹਿੰਦੇ ਹੁੰਦੇ ਸੀ ਚੱਪੂ ਵਰਗਾ ਮੂੰਹ, ਤਾਂ ਜੋ ਮੈਂ ਕਿਸ਼ਤੀ ਛੱਡ ਕੇ ਕੁਸ਼ਤੀ 'ਚ ਆ ਗਿਆ। ਤੈਨੂੰ ਨਾ ਕਿਸ਼ਤੀ ਛੱਡ ਕੇ ਨਾ ਤੈਨੂੰ ਗਟਰ 'ਚ ਵੜਨਾ ਚਾਹੀਦਾ ਜਿੱਦਾਂ ਤੇਰੀ ਸ਼ਕਲ ਹੈ। ਤੂੰ ਕੁਸ਼ਤੀ 'ਚ ਕੀ ਲੈਣਾ ਕਿਸ਼ਤੀ ਡੂਬ ਗਿਆ? ਉਹ ਤੂੰ ਕੀ ਬਾਦੂਆਂ ਮੰਗਣਾ ਆ ਮਣੀਪੁਰੀ 'ਚ ਇੱਥੇ ਹੈਂ? ਬਾਬਾ ਰਾਏ ਜਾਂ ਸਿੰਗੇਲ ਦਿਲ ਦੀ ਦੋਸਾ ਹੈਂ? ਦਿਲ ਦੀ ਦੋਸਾ ਕੀ ਪਿਗਾਰੇ ਵਾਲ ਕੈਟਰੀ ਨਾ ਬਾਸ਼ਾ ਗਗਨ ਕੋ ਹੋਰੀ ਸੀ ਲੋ ਜੀ ਮਾਸਟਰ ਸਲੀਮ। ਉਹ ਮੇਰੀ ਗੱਲ ਸੁਣੋ ਏ, ਹੁਣ ਆਪਣੀ ਭਾਸ਼ਾ 'ਚ ਇੱਕ ਬ੍ਰੇਕ ਲਾ ਤੇ ਸਾਡੇ ਦਰਸ਼ਕਾਂ ਨੂੰ ਕਹਾਂ ਅਸੀਂ ਵਾਪਸ ਆ ਰਹੇ ਹਾਂ। ਇੱਕ ਮਿੰਟ ਜੀ, ਇੱਕ ਮਿੰਟ। ਦੀਪ ਚੰਡੂ, ਦੀਪ ਚੰਡੂ, ਦੀਪ ਚੰਡੂ ਉੱਥੇ ਚੰਡੂ ਨਿਕਲ ਆਇਆ ਹੋਣਾ ਉੱਥੇ, ਬਸ ਚੰਡੂ ਲਾਉਂਦਾ ਫਿਰੇਗਾ।